ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਜੋੜੀ ਅੰਦਰ ਸਭਾਏ ਮਾਨ ਗੁਰੂ ਰੂਪ ਚਾਰੀ ਖਾਲਸਾ ਸਾਹਿਬ ਸੰਤ ਜੀਓ ਸਵਾਗਤ ਆਪਾਂ ਸਰਬੱਤ ਸੰਗਤਾਂ ਬਹੁਤ ਹੀ ਦੁਖਦਾਈ ਸਮੇਂ 'ਤੇ ਕਰਜੋ ਬਾਬਾ ਹਰਭਜਨ ਸਿੰਘ ਜੀ ਤਨਾਂ ਦੇ ਛੋਟੇ ਸਪੁੱਤਰ ਭਾਈ ਗੁਰਮੁਖ ਸਿੰਘ ਜੀ ਜੋ ਅੱਜ ਨੂੰ ਆਪਾਂ ਨੂੰ 10 ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ ਸੋ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਬਾਬਾ ਜੀ ਵੱਲੋਂ ਉਹਨਾਂ ਦੇ ਸਮੂਹ ਪਰਿਵਾਰ ਨੇ ਰਲ ਮਿਲ ਕੇ ਸਤਿਗੁਰਾਂ ਦੇ ਬਸ਼ਰ ਕੀਤੇ ਗ੍ਰਹਿਆਂ ਵਿਖੇ ਤੁਰਕੀ ਬਾਣੀ ਆਈ ਤਾਂ ਸਗਲੀ ਚਿੰਤ ਮਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਏ ਸੋ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਵਿਰਾਗਮਈ ਸਰੋਤ ਸੋ ਆਪ ਸਭਾ ਸੰਗਤਾਂ ਨੇ ਸ਼ਰਵਣ ਕਰਨਾ ਕੀਤੇ ਸੋ ਭੋਗਾਂ ਤੋਂ ਉਪਰੰਤ ਬਾਹਰ ਖੁੱਲ੍ਹੇ ਪੰਡਾਲ ਦੇ ਵਿੱਚ ਸਤਿਗੁਰਾਂ ਦੀਆਂ ਦੇ ਪ੍ਰਕਾਸ਼ ਹੋਏ ਸੋ ਸਤਿਗੁਰਾਂ ਦੀਆਂ ਦੀ ਪਾਵਨ ਪਿੱਤਰ ਜੋੜੇ ਵਿਖੇ ਵਿਰਾਗਮਈ ਕੀਰਤਨ ਆਪ ਸਭਾ ਸੰਗਤਾਂ ਸ਼ਰਵਣ ਕਰ ਰਹੇ ਹੋ ਸੋ ਖਾਲਸਾ ਜੀ ਜੋ ਇਹ ਦੁੱਖਦਾਈ ਸਮਾਂ ਹੈ ਇਸ ਨੂੰ ਮੰਨਣਾ ਭਾਣਾ ਮੰਨਣਾ ਬਹੁਤ ਹੀ ਔਖਾ ਕੰਮ ਹੈ ਪਰ ਸਤਿਗੁਰੂ ਦੀ ਕਿਰਪਾ ਕਰਨ ਮੇਰ ਭਰੇ ਹੱਥ ਰੱਖਣ ਭਾਈ ਗੁਰਮੁਖ ਸਿੰਘ ਜੀ ਨੂੰ ਆਪ ਦੇ ਚਰਨਾਂ ਦੇ ਵਿੱਚ ਨਵਾਜ ਪ੍ਰਸ਼ਿਤ ਕਰਨ ਕਿਉਂਕਿ ਸਾਡੇ ਕੋਲ ਸਤਿਕਾਰਯ ਗਿਆਨੀ ਹਰਜੀਤ ਸਿੰਘ ਜੀ ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਪਿੱਤਰ ਸਥਾਨਾਂ 'ਤੇ ਬੜੇ ਪਿਆਰ ਦੇ ਨਾਲ ਦੋਵੇਂ ਟਾਈਮ ਕਥਾ ਵਿਚਾਰ ਕਰਕੇ ਪਿਆਰ ਦੀ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੁੜਦੇ ਨੇ ਇਸ ਕਰਕੇ ਦਾਸ ਨੇ ਕੋਈ ਵਿਚਾਰ ਕਥਾ ਨਹੀਂ ਕਰਨੀ ਕਿਉਂਕਿ ਬੜੇ ਸਤਿਗੁਰਾਂ ਦੀ ਵੀ ਕਿਰਪਾ ਹੈ ਉਹਨਾਂ ਨੇ ਆਪ ਸਭਾ ਸੰਗਤਾਂ ਨੂੰ ਗੁਰਮਤ ਵਿਚਾਰਾਂ ਰਾਹੀਂ ਨਿਹਾਲ ਕਰਨਾ ਹੈ ਸੋ ਇੱਕ ਸ਼ਬਦ ਪੜ੍ਹ ਕੇ ਨਾਲ ਹੀ ਸਮਾਪਤੀ ਕਰਦੇ ਹਾਂ ਉਸ ਤੋਂ ਉਪਰੰਤ ਗਿਆਨੀ ਹਰਜੀਤ ਸਿੰਘ ਸੁਟਲਾ ਨਚਰਾਤ
ਬੜੀਆਂ ਭਿਆਨਕ ਫੌਜਾਂ ਉਹਨਾਂ ਦੀਆਂ ਬੜਾ ਭਿਆਨਕ ਰਸਤਾ ਹੈ। ਐਸੇ ਭਿਆਨਕ ਰਸਤੇ ਤੇ ਪਰਮੇਸ਼ਰ ਦਾ ਨਾਮ ਤੇਰੀ ਸਹਾਇਤਾ ਕਰੇ। ਫਿਰ ਦੂਜੀ ਗੱਲ ਇਸ ਸ਼ਬਦ ਵਿੱਚ ਸਤਿਗੁਰੂ ਜੀ ਨੇ ਕਹੀ ਹੈ, ਕਹਿਣ ਲੱਗੇ ਸੇਵਤ ਸੇਵਤ ਸਦਾ ਸੇਵ, ਸੇਵਾ ਕਰਦਿਆਂ ਹੋਇਆਂ ਸਦਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਤੇ ਦੱਸੀ ਹੈ ਵੀ ਉਹ ਰਸਤਾ ਬੜਾ ਭਿਆਨਕ ਹੈ, ਉਸ ਭਿਆਨਕ ਰਸਤੇ ਤੇ ਪਰਮੇਸ਼ਰ ਦਾ ਨਾਮ ਤੇਰੀ ਸਹਾਇਤਾ ਕਰੇਗਾ। ਜੇ ਦੂਜੀ ਗੱਲ ਤੈਨੂੰ ਇਹ ਦੱਸਣ ਲੱਗੇ ਹਾਂ ਵੀ ਤੇਰੇ ਮਨ ਦੇ ਵਿੱਚ ਇਹ ਖਿਆਲ ਹੈ ਵੀ ਸ਼ਾਇਦ ਮੈਂ ਮਰਨਾ ਨਹੀਂ, ਸ਼ਾਇਦ ਮੌਤ ਬਾਹਰੋਂ ਆਉਣੀ ਹੈ, ਲੱਗੇ ਮੌਤ ਬਾਹਰੋਂ ਆਉਣ ਵਾਲੀ ਚੀਜ਼ ਨਹੀਂ ਤੇ ਨਾ ਤੂੰ ਉਹਨੂੰ ਰੋਕ ਸਕਦਾ ਹੈ, ਤੇ ਮੌਤ ਕੋਈ ਦੂਰ ਵੀ ਨਹੀਂ ਹੋ ਰਹਿ ਮੌਤ, ਪਰ ਸਤਿਗੁਰੂ ਕਹਿੰਦੇ ਮੌਤ ਦੂਰ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਤੇ ਸਤਿਗੁਰੂ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ, ਕਹਿਣ ਲੱਗੇ ਤੂੰ ਸੰਸਾਰ ਦੇ ਵਿੱਚ ਆਇਆ ਗਿਆ, ਜਨਮ ਤੇਰਾ ਪਹਿਲਾਂ ਲਿਖਿਆ ਗਿਆ ਵੀ ਇੰਨੇ ਸਵਾਸ ਲੈ ਕਰਕੇ ਇਸ ਜੀਵ ਨੇ ਸੰਸਾਰ ਤੋਂ ਫਿਰ ਚੰਨ ਲਿਖਾਏ ਮੰਡਲ ਮੈਂ ਆਏ। ਪਹਿਲਾਂ ਮਰਨਾ ਲਿਖਿਆ ਜਾਂਦਾ, ਮੌਤ ਲਿਖੀ ਜਾਂਦੀ ਹੈ ਤੇ ਫਿਰ ਸੰਸਾਰ ਹੀ ਸਾਹੇ ਲਏ ਲਿਖ। ਬਾਬਾ ਫਰੀਦ ਜੀ ਨੇ ਇੱਕ ਸੰਸਾਰੀ ਉਦਾਹਰਣ ਦਿੱਤੀ, ਕਹਿਣ ਲੱਗੇ ਵੇਖੋ ਸੰਸਾਰ ਦੇ ਵਿੱਚ ਕਿਸੇ ਪਰਿਵਾਰ ਦੇ ਘਰ ਵਿੱਚ ਬੱਚੀ ਪੈਦਾ ਹੁੰਦੀ, ਜਿਸ ਵੇਲੇ ਉਸ ਬੱਚੀ ਦਾ ਆਨੰਦ ਕਾਰਜ ਹੋਣਾ ਨਾ ਤੇ ਜਿਸ ਦੇ ਨਾਲ ਹੋਣਾ, ਦੋਵੇਂ ਪਰਿਵਾਰ ਬੈਠ ਕਰਕੇ ਤੇ ਦਿਨ ਮੁਕਰਰ ਕਰ ਲੈਂਦੇ, ਨਿਯਤ ਕਰ ਲੈਂਦੇ, ਮਿਥ ਲੈਂਦੇ ਨੇ, ਉਹਨੂੰ ਕਹਿੰਦੇ ਨੇ ਸਾਹਾ ਸੋਧਣਾ ਵੀ ਸਾਹਾ ਸੋਧ ਦਿੱਤਾ ਗਿਆ ਫਲਾਣੇ ਮਹੀਨੇ ਦੇ ਫਲਾਣੇ ਦਿਨ ਫਲਾਣੀ ਤਰੀਕ ਨੂੰ ਇਸ ਬੱਚੀ ਦਾ ਵਿਆਹ ਹੋ ਜਾਣਾ।
जित दिहाड़े तो भाव जिस दिन धन तो भाव स्त्री वरी तो भाव व्याही जानी है सारे लय लिखाए तो सारा लिख दिता जाता। फिर मलक जे कन्नी सुनी दा मोह दिखाले आए, फिर उस स्त्री नू व्याहुण वाला उहदा मलक उहदा जिहड़ा मालक है उह फिर आण के मूंह विखाउंदा उस दिन उहनू। उदन बर्फ पैंदी होवे, गड़े पैंदे होण, मीह पैंदा होवे, हनेरी वगदी होवे, उस बच्ची नू व्याहुण वाला उसका मालक उसका खसम उस दिन आके मूंह विखाउंदा ही विखाउंदा। बाबा फरीद जी ने संसारी उदाहरण दिती, ये कहन लगे भी जिस तरह एक बच्ची का विआह होने का साहा मुकर्र किया जाता, जिस दिन वह साहे की तरीक आउंदी उस दिन उहदा विआहुण वाला मालक उहनू आण के मूंह विखाउंदा। ते बाबा फरीद जी कहन लगे जित दिहाड़े जिस दिन धन वरी धन तो भाव इस्त्री इस्त्री तो भाव एक काया, इस काया दे विच वड़ी भाव जान पाई गई आत्मा वड़ी इहदे विच, उस दिन ही साहा लिख दिता साहे लए लिखाए। उस दिन साहा लिख दिता गया कि इस शरीर ने इस काया ने संसार दे विच इन्ने सवास लैने, इस दिन आ वार आ समा इहदे सवास पूरे हो जाने ने। ते बाबा फरीद कहन लगे मलक जे कन्नी सुनी दा इहनू व्याहुण वाला मालक जिहड़ा ना उह मोह दिखाले आए। उदण की हुंदा है जिंद वहुटी मरण वार लै जासी परनाए, मौत रूपी लाड़ा जिंद रूपी वहुटी नूं वर के व्याह के नाल लै जांदा। बाबा फरीद जी कहन लगे मौत इन्नी लागे है कि जितन शरीर दे विच काया पाई गई जितन सदा पाई गई मौत दा साहा उदन ही लिख दिता, ते इह टलदा नहीं करी। संसार दे विच हो सकदा किसे बची दा विआह ना होवे, पर गुरु ग्रंथ साहिब सच्चे पातशाह जी कहिंदे ने इह संसार पेका घर, ते जिन्ने भी जीव आए ने इह इस्त्रियां दी तरह मौत रूपी लाड़ा व्याह के इन्हां नूं परलोक रूपी सौरे खड़ेगा खड़ेगा। सतगुरु जी कहिंदे सभना सब रह वंजना सब मुख लावण हार। गुरु नानक देव सच्चे पातशाह जी कहन लगे लगी आवै सहुरै, सहुरे ते पक्का ही जाना जाना ना, नित ना पीया होए पेके घर विच पक्के तौर ते नहीं रह सकदी। इसे तरह संसार रूपी पेके घर विच जीव पक्के तौर ते नहीं रह सकता, पर लोक रूपी सहुरे घर विच जाना। ते बाबा फरीद कहन लगे मौत तेरे इन्ने लागे है जिदण तेरे विच जान पाई गई उदण ही साहा लिख दिता। भगत कबीर साहब जी का भी एक बचन आउंदा, भगत कबीर साहब कहन लगे मौत किन्नी क लागे बंदे ने। गुरु अर्जन देव सच्चे पातशाह जी कहिंदे तेरा संग बसदा है काल, मौत तेरे लागे वसदी। ते भगत कबीर साहब जी नूं पुछिया भी किन्नी क लागे मौत, भगत कबीर साहब कहन लगे कि मौत इन्नी लागे है कि इहदे अंदर ही वसदी, अंदर ही बाहर नहीं। भगत जी ने एक उदाहरण दिती, कहन लगे भी कभी किसी ने बिल्ली ते चूहे नूं वेख्या, बिल्ली ते चूहा उहनां दा आपस विच वैर है, ते बिल्ली बलवान है चूहा उहदे गाड़ी निर्बल है। जिस वेले बिल्ली दा वस पैंदा है ते बिल्ली झपटा मारदी है ते चूहे नूं खत्म कर दिंदी है, खा जांदी। भगत कबीर साहब कहन लगे सेम इसे तरह ही मनुख नूं चूहा बनाया परमेश्वर ने, मूसा कहिंदे ने चूहे नूं, कहिंदे मनुख नूं बनाया चूहा ते मौत रूपी बिल्ली इहदे अंदर ही वसदी, बाहरों नहीं आउणा। भगत कबीर साहब जी दा बचन, भगत कबीर साहब कहन लगे ऐसो इहो संसार देखना रहन ना को पई है रे, सुधे सुधे रेग चलहु तुम नतर को धक्का देवई है रे, बारे
बारे तो भाव बालक बूढ़े बूढ़े तो भाव बुढ़े बंदे बारे बूढ़े तरने भैया ते भाई भावे कोई बच्चा है भावे कोई बुढ़ा है ते भावे है कोई जवान सब हूं जम लै जाई है रे जो मौत आउंदी है जम आउंदा ते ओ लिहाज नहीं करदा किसे दा ओ नहीं वेखदा भी ये बच्चा है ये जवान है जाए बुढ़ेपे विच है ओ नाल लै जांदा बारे बूढ़े तरने भैया सब हूं जम लै जाई है रे मानस बपरा मूसा की नो भगत कबीर साहब कहते मनुख ते विचारा जुआ बनाया नीच बिलैया कई है रे अंदर ही मौत रूपी बिल्ली का शरीर बाहर नहीं आना उसने मौत तेरे इन सतगुरु गुरु नानक देव सच्चे पातशाह जी ने फारसी पढ़ी मुल्ला दे कोलो अर्थ प्राप्त की है कि पढ़ाने वाले मुल्ला नु ही उपदेश दिता चेरे होने लग पी थी बाबा कालू जी का पुत्र नानक जेड़ा बड़ा रोशन दिमाग है बारह बारह साल बच्चों नूं फारसी सिख रहा हो गए पर ओ पढ़ाई नहीं पढ़ गुरु नानक साहब जी उन्हां दे प्रश्नां दे उत्तर उस तरह देंदे ने निरुत्तर हो के जांदे ने ते हैरान हो जांदे भी इन्नी छोटी उम्र का बालका ते इन्नी वड्डी महारत हासिल कर ली इन्ना ज्ञान हुण चर्चा होण लग पई चार चफेरे ते गुरु नानक साहब जी ने सोचिया भी इस तरह ते असीं प्रगट हो जावांगे संसार दे अंदर लोगों नूं पता लग जाएगा फिर उन्होंने अपना सुभा बदलिया घर दे विच लम्मे पै रहिंदे ने किसे वल वेखदे नहीं किसे नाल बोलदे नहीं ना कुछ खांदे पींदे ने बस बस्तर उपर लिया ते लम्मे पै रहिंदे सुभा बदल लिया जदों इस तरह का सुभा बन गया ये पिंड दे लोकां विच भी चर्चा होनी शुरू हो गई कहन लगे बाबे कालू जी का पुत्र बड़ा सियाणा सी ते पता नहीं की हो गया इहनूं हुण ना किसे नूं मिलदा ना किसे वल वेखदा ना किसे नाल गलबात करदा ना कुछ खांदा पींदा चर्चा होई घर दे विच माता पिता भी परेशान ने बड़ा हैरान ने कि हो की गया कुछ मनुख आए उन्होंने कहना किया कहन लगे नानक नूं कोई बीमारी लग गई जिस करके ये खांदा पींदा नहीं रुचि दे नाल ये मित्रां दोस्तां दे विच बैठदा नहीं ये हसदा खेडदा नहीं ते कुछ खांदा पींदा नहीं हसदा खेडदा नहीं उदास लम्मे पिया रहिंदा ते चलो चल के वेखो किसे दा परछावां तां नहीं आया किसे भूत प्रेत दा हुण ते गुरु नानक साहिब जी नूं बुलाउंदा सतगुरु जी बोलदे नहीं चुप कीते मुल्ला नूं इस गल दा पता सी ते मुल्ला कहण लगा भी खुदा दा वास्ता पा के कहिंदा है एक वारा मेरे नाल बोलो जरूर जे तुसीं बोले ही ना ते मैनूं की पता लगेगा भी तुहानूं की दुख है खुदा दा वास्ता पा के कहिंदा भी मेरे नाल बोलो हुण गुरु नानक साहिब बोले ते मुल्ला कहण लगा भी तुसीं हसदे खेडदे नहीं खांदे पींदे नहीं परिवार विच प्यार नाल मिल के बैठ के बोलते नहीं गल्लां नहीं करते की गल होई तुहानूं ते जो गुरु अर्जन साहब सच्चे पातशाह जी ने कहा ना तेरा संग बस्त है काल गुरु नानक देव सच्चे पातशाह जी कहन लगे मुल्ला जी मैनू मौत लागे दिसदी बिलकुल मेरे लागे दिसदी मुल्ला मुस्कराया कहन लगा भी ये गलियां जिहड़ियां ना तुहानूं छोटी उम्र दे विच करनियां नहीं चखबदियां ਤੁਸੀਂ ਤੇ ਹਜੇ ਬੱਚੇ ਹੋ ਹਜੇ ਜਵਾਨ ਹੋਣਾ ਫਿਰ ਬੁਢੇਪਾ ਆਵੇਗਾ ਤੇ ਜਦੋਂ ਮੇਰੇ ਵਾਲੀ ਉਮਰ 'ਚ ਬੁਢੇਪੇ ਵਾਲੀ 'ਚ ਆ ਜਾਓਗੇ ਨਾ ਫਿਰ ਇਹੋ ਜਿਹੀਆਂ ਗੱਲਾਂ ਕਰਿਓ ਹਜੇ ਤੁਹਾਨੂੰ ਇਹ ਗੱਲਾਂ ਕਰਨ ਦੀ ਲੋੜ ਨਹੀਂ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਮੌਤ ਦਾ ਕੀ ਯਕੀਨ ਹੈ ਕਿ ਉਹ ਬਾਲਕ ਨੂੰ ਹੀ ਆ ਜਾਵੇ ਉਹ ਜਵਾਨੀ ਦੀ ਅਵਸਥਾ ਵਿੱਚ ਆਉਣੀ ਹੈ ਕਿ ਉਹ ਬੁਢੇਪੇ ਵਿੱਚ ਆਉਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਨਾ ਹਰੀ ਨਾਹੀ ਨਹਿ ਡਡੋਰੀ ਪੱਕੀ ਵੱਢਣ ਹਾਰ ਇਹ ਤੇ ਨਾਨਕ ਸਾਹਿਬ ਕਹਿਣ ਲੱਗੇ ਵੀ ਮੌਤ ਮੇਰੇ ਲਾਗੇ ਮੈਨੂੰ ਦਿਸਦੀ ਹੈ ਉਸ ਵੇਲੇ ਦਾ ਸ਼ਬਦ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖ ਤੋਂ ਉਚਾਰਨ ਕੀਤਾ ਹੋਇਆ ਫਾਰਸੀ ਦੇ ਵਿੱਚ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 721 ਦੇ ਉੱਪਰ
तलंग राग दे विचो सुभाए दुनिया मुकामे फानी ए दुनिया दा मुकाम फानी है ना हो जावा तहकीक दिल दानी गुरु नानक साहब कह लगे मौत किन्नी लागे मुल्ला वेख मम सार मुए अदराई लगे पते ਕਹਿੰਦੇ ਮੌਤ ਦੇ ਫਰਿਸ਼ਤੇ ਨੂੰ ਅਸੀਂ ਜਮਦੂਤ ਕਹਿੰਦੇ ਆ ਮੁਸਲਮਾਨ ਵੀਰ ਅਜ਼ਰਾਈਲ ਕਹਿੰਦੇ ਫਾਰਸੀ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਮ ਸਰ ਮੂਏ ਅਜ਼ਰਾਈਲ ਗਿਰਪਤੇ ਮੌਤ ਤੇ ਇੰਨੀ ਨਾ ਬੜੀ ਦੂਰ ਹੈ ਤੂੰ ਕਹਿੰਦਾ ਵੀ ਹਜੇ ਬੱਚਾ ਹੈ ਹਜੇ ਇਹੋ ਜਿਹੀਆਂ ਗੱਲਾਂ ਨਾ ਕਰ ਮੌਤ ਤੇ ਇੰਨੀ ਲਾਗੇ ਵੱਸਦੀ ਹੈ ਵੀ ਮੇਰੇ ਸਿਰ ਦੇ ਵਾਲ ਵੀ ਮੌਤ ਨੇ ਬੜੇ ਹੋਏ ਮੈਂ ਕਿਵੇਂ ਕਹਿ ਦੇਵਾਂ ਕਿ ਮੈਂ ਹੱਸਾਂ ਖੇਡਾਂ ਤੇ ਨਾਮ ਨਾ ਜਪਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਸੇਵਤ ਸੇਵਤ ਸਦਾ ਸੇਵ ਆਈ ਤੇਰੀ ਕੱਟੀ ਜਾਵੇ ਹੁਣ ਜਗਿਆਸੂ ਕਹਿਣ ਲੱਗਾ ਮਹਾਰਾਜ ਮੈਂ ਨਾਮ ਨਹੀਂ ਜਪਦਾ ਮੈਂ ਇੰਨੇ ਜਗ ਕੀਤੇ ਨੇ ਇੰਨੇ ਹੋਮ ਕੀਤੇ ਨੇ ਉਹਨੂੰ ਹੰਕਾਰ ਵੱਧ ਜਾਂਦਾ ਤੇ ਹੰਕਾਰ ਵਧਣ ਦੇ ਨਾਲ ਕਦੀ ਨਿਰਵਿਰਤੀ ਮੌਤ ਤੋਂ ਛੁਟਕਾਰਾ ਨਹੀਂ ਹੁੰਦਾ ਜਮਾਂ ਤੋਂ ਛੁਟਕਾਰਾ ਨਹੀਂ ਹੁੰਦਾ ਸਤਿਗੁਰੂ ਜੀ ਕਹਿਣ ਲੱਗੇ ਹੋਮ ਜਗ ਤੀਰਥ ਵੀ ਇਹ ਜਿੰਨੀ ਮਰਜ਼ੀ ਕਰਵਾ ਵਿੱਚ ਹੋਮੈ ਵਧੇ ਵਿਕਾਰ ਇਹਦੇ ਹੋਮੇ ਦਾ ਵਿਕਾਰ ਵੱਧਦਾ ਹੀ ਜਾਂਦਾ ਅੰਦਰ ਤੇ ਸਤਿਗੁਰੂ ਜੀ ਨੇ ਵੀ ਬਾਣੀ ਵਿੱਚ ਕਿਹਾ ਵੀ ਜਿੰਨਾ ਚਿਰ ਤੱਕ ਹੋਮੈ ਆ ਨਾ ਮਨ ਦੇ ਵਿੱਚ ਉਹਨਾਂ ਚਿਰ ਤੱਕ ਛੁਟਕਾਰਾ ਨਹੀਂ ਜੰਮਣ ਮਰਨ ਤੋਂ ਹੋ ਸਕਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹੋਮ ਜਗ ਤੀਰਥ ਕੀਏ ਵਿੱਚ ਹਮੈ ਵਧੇ ਵਿਕਾਰ ਨਰਕ ਸਵਰਗ ਦੋਇ ਭੁੰਚਨਾ ਹੋਏ ਬਾਬਰ ਬਾਬਰ ਅਵਤਾਰ ਚੰਗੇ ਕਰਮ ਕਰ ਲਏਗਾ ਸਵਰਗਾਂ ਦੇ ਵਿੱਚ ਮਾੜੇ ਕਰ ਲਵੇਗਾ ਨਰਕਾਂ ਵਿੱਚ ਤੇ ਜੰਮਦਾ ਮਰਦਾ ਰਵੇਗਾ ਇਸ ਤਰ੍ਹਾਂ ਕਰਨ ਦੇ ਨਾਲ ਛੁਟਕਾਰਾ ਨਹੀਂ ਹੋਣਾ ਜਿੰਨਾ ਚਿਰ ਤੱਕ ਮਨ ਵਿੱਚ ਆਉਂਦੇ ਹੈ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਸਿੱਧਾਂ ਦੇ ਨਾਲ ਚਰਚਾ ਹੋਈ ਨਾ ਉੱਥੇ ਸਿੱਧਾਂ ਨੇ ਵੀ ਪੁੱਛਿਆ ਕਹਿਣ ਲੱਗੇ ਕਿਤ ਕਿਤ ਬਿਦ ਜਗ ਉਪਜੈ ਪੁਰਖਾ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਪੁਰਖਾ ਸਾਨੂੰ ਇਹ ਗੱਲ ਦੱਸ ਕਿ ਇਹ ਸੰਸਾਰ ਦੇ ਜੀਵ ਜੰਮਦੇ ਨੇ ਮਰਦੇ ਨੇ ਫਿਰ ਜੰਮਦੇ ਫਿਰ ਮਰਦੇ ਕੀ ਕਾਰਨ ਹੈ ਇਹਨਾਂ ਦੇ ਜੰਮਣ ਮਰਨ ਦਾ ਕੀ ਕਾਰਨ ਹੈ ਕਿਤ ਕਿਤ ਬਿਦ ਜਗ ਉਪਜੈ ਪੁਰਖਾ ਕਿਤ ਕਿਤ ਦੁੱਖ ਬਿਨ ਸਜਾਈ ਤੇ ਕੀ ਕੰਮ ਕਰਨ ਵੀ ਇਹਨਾਂ ਦਾ ਦੁੱਖ ਨਾਸ ਹੋ ਜਾਵੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹੋ ਹੀ ਬਚਨ ਕਿਹਾ ਸੀ ਕਹਿਣ ਲੱਗੇ ਮੈਂ ਵਿੱਚ ਜਗ ਉਪਜੈ ਪੁਰਖਾ ਜਿੰਨਾ ਚਿਰ ਤੱਕ ਬੰਦੇ ਦੇ ਮਨ ਵਿੱਚ ਹੰਕਾਰ ਹੈ ਨਾ ਉਹਨਾਂ ਚਿਰ ਤੱਕ ਮੁਕਤੀ ਨਹੀਂ ਹੋ ਸਕਦੀ ਮੈਂ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਆ ਦੁੱਖ ਪਾਈ ਮੈਂ ਦੇ ਕਾਰਨ ਜੰਮਦੇ ਤੇ ਮਰਦੇ ਰਹਿੰਦੇ ਨੇ ਨਾਮ ਨੂੰ ਵਿਸਾਰ ਕੇ ਦੁੱਖ ਭੋਗਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਗਿਆਸੀ ਉਹਨੂੰ ਕਹਿਣ ਲੱਗੇ ਜਿੰਨੇ ਮਰਜ਼ੀ ਹੋਮ ਕਰ ਲੈ ਜਗ ਕਰ ਲੈ ਤੀਰਥ ਕਰ ਲੈ ਇਸ ਤਰ੍ਹਾਂ ਤੇ ਹੋਮੇ ਦਾ ਵਿਕਾਰ ਵੱਧਦਾ ਜਾਵੇਗਾ ਤੇ ਨਰਕਾਂ ਤੇ ਸਵਰਗਾਂ ਦੇ ਵਿੱਚ ਪੈਣਾ ਪਵੇਗਾ ਵਾਰ ਵਾਰ ਜੰਮਣਾ ਪਵੇਗਾ ਮਹਾਰਾਜ ਜਗਿਆਸੂ ਕਹਿੰਦਾ ਫਿਰ ਇਸ ਤਰ੍ਹਾਂ ਕਰਦਾ ਵੀ ਮੈਂ ਚੰਗੇ ਕਰਮ ਕਰਕੇ ਬ੍ਰਹਮਪੁਰੀ ਵਿੱਚ ਜਾ ਕੇ ਵੱਸਦਾ ਬ੍ਰਹਮਪੁਰੀ ਭਾਵ ਜਿੱਥੇ ਬ੍ਰਹਮਾ ਰਹਿੰਦਾ ਜਾਂ ਸ਼ਿਵਪੁਰੀ ਵਿੱਚ ਚਲਿਆ ਜਾਵਾਂਗਾ ਜਾਂ ਇੰਦਰਪੁਰੀ ਵਿੱਚ ਜਾ ਕੇ ਵੱਸ ਜਾਵਾਂਗਾ ਤੇ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਸ ਤਰ੍ਹਾਂ ਟਿਕਾਣਾ ਮਿਲ ਜਾਊ ਕਹਿੰਦਾ ਮਹਾਰਾਜ ਸਦਾ ਰਹਿਣ ਵਾਲੀਆਂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਸ਼ਿਵਪੁਰੀ ਬ੍ਰਹਮ ਇੰਦਰਪੁਰੀ ਭਾਵੇਂ ਸ਼ਿਵਪੁਰੀ ਹੈ ਭਾਵੇਂ ਬ੍ਰਹਮਪੁਰੀ ਹੈ ਭਾਵੇਂ ਇੰਦਰਪੁਰੀ ਹੈ ਨਿਸ਼ਚਲ ਕੋ ਥਾਂ ਨਾਹੇ ਸੰਸਾਰ ਦੇ ਵਿੱਚ ਇਹ ਸਦਾ ਰਹਿਣ ਵਾਲੀਆਂ ਨਹੀਂ ਇੱਕ ਨਾ ਇੱਕ ਦਿਨ ਇਹ ਵੀ ਨਾਸ ਹੋ ਹੀ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਅਸੀਂ ਪੜ੍ਹਦੇ ਹਾਂ ਸਤਿਗੁਰੂ ਜੀ ਕਹਿਣ ਲੱਗੇ ਸੰਸਾਰ ਦੇ ਮਨੁੱਖਾਂ ਦੀ ਗੱਲ ਛੱਡੋ ਜਿਨ੍ਹਾਂ ਨੂੰ ਸੰਸਾਰ ਦੇ ਬਣਾਉਣ ਵਾਲੇ ਕਿਹਾ ਗਿਆ ਨਾ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਇਹ ਵੀ ਪਤਾ ਨਹੀਂ ਕਿੰਨੇ ਕੁ ਆਏ ਸੰਸਾਰ ਤੇ ਕਿੰਨੇ ਕੁ ਚਲੇ ਗਏ ਤੇ ਕਿੰਨੇ ਕੁ ਫਿਰ ਬਣਦੇ ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀਰ ਏਕ ਹੈ ਪਤਾ ਨਹੀਂ ਕਿੰਨੇ ਕੁ ਅਵਤਾਰ ਹੋਏ ਤੇ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਤੂੰ ਕਿਵੇਂ ਕਹਿ ਦੇਵੇਂਗਾ ਵੀ ਇਹ ਨਿਸ਼ਚਲ ਨੇ ਨਿਸ਼ਚਲ ਰਹਿਣ ਵਾਲੀਆਂ ਚੀਜ਼ਾਂ ਨਹੀਂ ਸਿਵ ਪੁਰੀ ਕਾ ਹੋਏਗਾ ਕਾਲਾ ਤ੍ਰੈ ਗੁਣ ਮਾਇਆ ਬਿਨਸ ਬਿਤਾਲਾ ਸਤਿਗੁਰੂ ਜੀ ਨੇ ਬਾਣੀ ਅੰਦਰ ਕਿਹਾ ਕਹਿਣ ਲੱਗੇ ਨਿਸ਼ਚਲ ਰਹਿਣ ਵਾਲੀਆਂ ਨਹੀਂ ਸਿਵ ਪੁਰੀ ਬ੍ਰਹਮ ਇੰਦਰ ਪੁਰੀ ਨਿਸ਼ਚਲ ਕੋ ਥਾਂ ਨਾਹੀਂ
बिन हर सेवा सुख नहीं को साकत आवे जाहे। परमेश्वर की सेवा नाम जपण तो बिना सुख प्राप्त नहीं हो सकता। नाम को छड़ के साकत बन के आउंदा ते जांदा रहेगा। फिर जग्यासू का मन मन गया, कह लगा महाराज नाम जपदा है पर मैनू ये गल दसो कि तुहानू ये सिखिया किने दिती। तुसी सानू दस दिओ नाम जपो ये सिखिया तुहानू किने दिती है। ये गुरु अर्जन देव सच्चे पातशाह जी बड़ी निम्रता दे नाल, वैसे बाणी ने अंदर गुरु अर्जन साहब जी नू प्रतख हार गया परमेश्वर का रूप, पर निम्रता दे नाल गुरु अर्जन देव सच्चे पातशाह जी कहन लगे मेरे सतगुरु धन गुरु रामदास सच्चे पातशाह जी ने सिखिया दिती कि नाम जप संसार ते आया सबदा होवेगा। महाराज उन्होंने किन्ने सिखिया दिती, कह लगे धन गुरु अमरदास सच्चे पातशाह जी ने गुरु रामदास जी नूं सिखिया दिती। उन्होंने गुरु अंगद देव सच्चे पातशाह जी ने, ते गुरु अंगद देव सच्चे पातशाह जी नूं गल किन्ने समझाई, ते गुरु अर्जन देव सच्चे पातशाह जी कहन लगे आप परमेश्वर का रूप, आप परमेश्वर का अवतार धन सतगुरु गुरु नानक देव सच्चे पातशाह जी ने जिवें उन्होंने सिखिया दिती उन्हें अगे सिखिया वरताई, जिवें मेरे सतगुरु ने मैनू सिखिया दिती उस तरह उच्ची बोल के उच्ची पुकार के तुहानू कहना जैसो गुर उपदेसिया मैं तैसो करिया पुकार, पुकार के उच्ची आवाज विच कहना है कहो नानक सुन रे मना कर कीर्तन होए उधार। परमेश्वर दा नाम दा जस कर कीर्तन कर फिर तेरा संसार ते आना सफला होवेगा। ते सतगुरु जी ने कहा जिन्हां ने नाम जप लिया उह काज सरे हर गुर पूरा करदिया धन रद कोले। वाहिगुरु जी का खालसा वाहिगुरु जी की फतेह। अर्जन हर गोबिंदना सिमरो श्री हर राय श्री हर कृष्ण तिहाईआ जिठे सब दुख जाय तेग बहादुर सिमरिया घर नौ नेता विधाए सब थाई हुए सुहाए। दसवें पातशाह सब श्री गुरु गोबिंद सिंह साहब जी सब थाई हुए सुहाए। दसा पातशाहियां दी जोत धन धन साहब श्री गुरु ग्रंथ साहब जी दे पाठ जी दर का ध्यान करके बोलो जी पंज प्यारे चार साहब जाते चाली मुकते अठिया जपिया तपिया जिन्हां ने तेरा नाम जपिया वढ के छकिया देख चलाई ते गवाई देखन डठ कीता तिना प्यारिया सत्यारिया जी दी पवित्र कमाई का ध्यान करके बोलो जी। जिन्हां संगा संगणिया ने धर्म हित सिह दिते बंद बंद कटवाए कोपरिया लुहाइया झरकड़िया से चढ़े तन आरिया नाल चराए गए गुरुद्वारा की सेवा लई कुरबानिया कीतिया धर्म नहीं हारिया। सुखी सरबत खालसा जी की अरदास जी सरबत खालसा जी को वाहेगुरु 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 नाम चिते आवे चिते आउण का सदका सर्ब सुख होवे जा जा खालसा जी साहिब ता ता रचिया रवायत दस जी साहब जी सुहाए खालसा जी के बोल बाले बोलो जी। सकार सके दान केस दान रह दान विवेक दान पुरुषा दान दाना सरदान नाम दान श्री अमृतसर साहब जी दे दर्शन इशनान चौंकियां झंडे बुंगे जुग जुगा टल धर्म का जयकार बोलो जी।
ਸਿੱਖਾਂ ਦਾ ਮਨ ਨੀਵਾ ਮਤ ਦੇ ਜਿਹਨਾਂ ਤੋਂ ਖਾਲਸੇ ਪੰਥ ਨੂੰ ਵਿਛੋੜਿਆ ਗਿਆ ਹੈ ਜੀ। ਤਨਾਂ ਦੇ ਹੁਣ ਸਤਿਗੁਰ ਨੇ ਆਸਰਾ ਦੇ ਆਸਰੇ ਸਤਿਗੁਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰ ਆਪ ਜੀ ਦੇ ਦਰ ਕਰਦੇ ਸ਼ਰਧਾਲੂ ਬਾਬਾ ਹਰਭਜਨ ਸਿੰਘ ਜੀ ਦਨਾਂ ਦੇ ਸਪੁੱਤਰ ਭਾਈ ਗੁਰਮੁਖ ਸਿੰਘ ਜੀ ਸਤਿਗੁਰੂ ਜੀ ਮਹਾਰਾਜ ਆਪ ਜੀਆਂ ਨੇ ਜਿੰਨੀ ਆਰਜੂ ਬਸ਼ਰ ਕੀਤੀ ਹੋਈ ਉਨੀ ਭੋਗਦੇ ਹੋਏ ਪਰਲੋਕ ਗਮਨ ਕਰਕੇ ਸਤਿਗੁਰੂ ਜੀ ਮਹਾਰਾਜ ਉਹਨਾਂ ਦੇ ਨਿਮਿਤ ਉਹਨਾਂ ਦੇ ਸਭਾ ਪਰਿਵਾਰ ਨੇ ਸਤਿਗੁਰੂ ਜੀ ਮਹਾਰਾਜ ਜੀ ਪਰਸੋਂ ਦੇ ਰੋਜ਼ ਤੋਂ ਗੁਰਬਾਣੀ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਏ। ਸਤਿਗੁਰੂ ਜੀ ਮਹਾਰਾਜ ਆਪ ਜੀ ਦੇ ਅੰਮ੍ਰਿਤਮਈ ਗੁਰਬਾਣੀ ਜੀ ਦੇ ਸੰਪੂਰਨ ਭੋਗ ਪਏ। ਭੋਗਾਂ ਤੋਂ ਪਰੰਤ ਖੁੱਲੇ ਪੰਡਾਲਾਂ ਦੇ ਵਿੱਚ ਸਤਿਗੁਰੂ ਜੀ ਮਹਾਰਾਜ ਜੀ ਆਪ ਜੀਆਂ ਦੇ ਪ੍ਰਕਾਸ਼ ਹੋਏ। ਆਪ ਜੀ ਦੇ ਪਾਵਨ ਪਿੰਦਰ ਜੋੜੇ ਵਿਖੇ ਆਪ ਜੀ ਦੇ ਅੰਮ੍ਰਿਤਮਈ ਗੁਰਬਾਣੀ ਜੀ ਦੇ ਕੀਰਤਨ ਹੋਏ। ਕੀਰਤਨ ਕਰਦਿਆਂ ਕਥਾ ਵਿਚਾਰ ਗੁਰਮਤ ਵਿਚਾਰਾਂ ਕਰਦਿਆਂ ਸਤਿਗੁਰੂ ਜੀ ਮਹਾਰਾਜ ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸਮਰਥ ਬਖਸ਼ ਕਰੋ। ਸਤਿਗੁਰੂ ਜੀ ਮਹਾਰਾਜ ਭਾਈ ਗੁਰਮੁਖ ਸਿੰਘ ਜੀ ਨੂੰ ਆਪ ਜੀ ਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼, ਚੜ੍ਹਦੀ ਕਲਾ ਕਰਿਓ ਆਉਣ ਵਾਲੇ ਸਮੇਂ ਦੀਆਂ ਸਫਲਤਾਈਆਂ ਚੜ੍ਹਦੀ ਕਲਾ ਕਰਿਓ। ਸਤਿਗੁਰੂ ਜੀ ਮਹਾਰਾਜ ਜੀ ਆਪ ਜੀ ਦਰਬਾਰ ਦੇ ਯੋਗ ਵੀਰ ਮਾਈ ਭਾਈ ਨੇ ਹਾਜ਼ਰੀ ਭਰੀ, ਸਰਬੱਤ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਿਓ, ਕਦਮ ਲੇਖੇ ਵਿੱਚ ਲਾਇਓ। ਸਤਿਗੁਰੂ ਜੀ ਮਹਾਰਾਜ ਜੀ ਪਰਿਵਾਰ ਵੱਲੋਂ ਸਤਿਗੁਰੂ ਜੀ ਮਹਾਰਾਜ ਜੀ ਆਪ ਜੀਆਂ ਨੂੰ ਪਛਾ ਕੇ ਹਾਜ਼ਰ ਹੋਏ, ਅੰਗੀਕਾਰ ਕਰਿਓ, ਸੇਵਕਾਂ ਦੇ ਪਰਦੇ ਟੰਗਿਓ, ਰਾਜਪਾਤ ਰੱਖਿਓ, ਸਭ ਮਨੋ ਭਰਾਂ ਦੀ ਮਾਫ਼ੀ ਪੁੱਛੋ, ਆਪ ਦੇ ਆਨੰਦ ਪ੍ਰਸੰਨੋ ਕਰਕੇ ਭੋਗ ਲਾਓ। ਲੱਗਾ ਹੋਇਆ ਭੋਗ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਪੁੱਛੋ, ਅਟੁੱਟ ਭੰਡਾਰੇ ਵਰਤਾਇਓ, ਨਾਮ ਜਪਾਇਓ ਸਤਿਗੁਰੂ ਜੀ ਮਹਾਰਾਜ ਜੀ। ਮਨੋ ਦੇ ਬਲ ਪੁੱਛੋ, ਚੜ੍ਹਦੀ ਕਲਾ ਕਰਿਓ ਸਤਿਗੁਰੂ ਜੀ ਮਹਾਰਾਜ, ਆਨੰਦ ਜੀ ਕੇ ਅਰਦਾਸ ਅਗਰ ਵਾਧਾ ਘਾਟਾ ਭੁਲਚਕ ਮਾਫ ਕਰੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਏ ਸਰਬਾਨ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਇਹ ਜਗ ਮੀਤ ਨਾ ਦੇਖਿਓ ਕੋਈ, ਰਹਾ ਦਾਰਾ ਮੀਤ ਪੂਤ ਸਨ ਬੰਦੀ, ਸਗਲੇ ਧਨ ਸਿਉ ਲਾਗੇ। ਜਬ ਹੀ ਨਿਰਤਨ ਦੇਖਿਓ ਨਰਕ, ਸੰਗ ਸ਼ਾਰ ਸਭ ਭਾਗੇ, ਕਹੋ ਕਹਾਂ ਜਾ ਮਨ ਆਪਣੇ ਬੋਰੇ ਕਾ, ਇਨ ਸਿਉ ਨਿਹੋ ਲਗਾਇਓ, ਦੀਨਾ ਨਾਤ ਸਗਲ ਪੈ ਭੰਜਣਾ, ਜਸ ਤਾਂ ਕੋ ਬਿਸਰਾਇਓ। ਸਵਾਨ ਪੂਛ ਦਿਓ ਭਇਓ ਨਾ ਸੂਤੋ, ਬਹੁਤ ਯਤਨ ਮੈਂ ਕੀਨੋ, ਨਾਨਕ ਲਾਜ ਬਿਰਦ ਕੀ ਰੱਖ, ਨਾਮ ਤੁਹਾਰੋ ਲੀਨੋ। ਸਵਾਨ ਪੂਛ ਦਿਓ ਭਇਓ ਨਾ ਸੂਤੋ, ਬਹੁਤ ਯਤਨ ਮੈਂ ਕੀਨੋ, ਨਾਨਕ ਲਾਜ ਫਿਰ ਸਕੀ ਰੱਖ, ਨਾਮ ਤੁਹਾਰੋ ਲੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨ ਵਿਛੋੜਾ ਦੇ ਗਏ, ਜੋ ਫਸੇ
ਦੁਖਿਆ ਇਹ ਦੁੱਖ ਦੇ ਵਿੱਚ ਸਰੀਕ ਹੋਣਾ ਹੈ। ਲੀਡਰ ਸਾਹਿਬਾਨ ਅਤੇ ਬਹੁਤ ਹੀ ਪਿਆਰੀ ਗੁਰੂ ਸਾਹਿਬ ਜੋ ਖਾਲ ਸਾਹਿਬ ਤੁਸੀਂ ਸਾਰੇ ਆਏ ਜੇ ਅਤੇ ਦੁੱਖ ਮੈਂ ਬਾਬਾ ਜੀ ਵੱਲੋਂ ਬਾਬਾ ਜੀ ਦੇ ਪਰਿਵਾਰ ਵੱਲੋਂ ਵਾਹਿਗੁਰੂ ਜੀ ਕੀ ਫਤਿਹ।